ਅਕਾਲ ਪੰਜਾਬੀ ਵੀਰੋ, ਮੈਂ ਨਵਜੋਤ ਕੌਰ ਲੰਬੀ। ਸੋ ਅੱਜ ਝਾਤੀ ਦੇ ਵਿੱਚ ਜਿਹੜਾ ਦੁੱਧ ਰਿੜਕਣ ਦਾ ਮੌਕਾ ਮਿਲਿਆ ਹੈਗਾ ਕਿ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਬਜ਼ੁਰਗ ਔਰਤਾਂ, ਸਾਡੀਆਂ ਸੁਆਣੀਆਂ ਝਾਤੀ ਦੇ ਵਿੱਚ ਮਧਾਣੀ ਪਾ ਕੇ ਦੁੱਧ ਰਿੜਕਦੀਆਂ ਹੁੰਦੀਆਂ ਸੀ। ਪਰ ਖੈਰ, ਅੱਜ ਕੱਲ ਤਾਂ ਬਿਜਲੀ ਵਾਲੀਆਂ ਮਧਾਣੀਆਂ ਚੱਲ ਗਈਆਂ ਨੇ ਔਰ ਅੱਜ ਲਾਈਟ ਹੈ ਨਹੀਂ ਸੀਗੀ। ਸੋ ਮੈਨੂੰ ਵੀ ਰਿੜਕਣ ਦਾ ਮੌਕਾ ਮਿਲਿਆ ਕਿਉਂਕਿ ਮੇਰੇ ਦਾਦੀ ਜੀ ਘਰੇ ਰਿੜਕ ਰਹੇ ਸੀਗੇ। ਸੋ ਬਹੁਤ ਵਧੀਆ ਲੱਗ ਰਿਹਾ ਕਿ ਕਿਵੇਂ ਪੁਰਾਣੇ ਸਮੇਂ ਦੇ ਵਿੱਚ ਸਾਡੀਆਂ ਔਰਤਾਂ, ਬਜ਼ੁਰਗ ਔਰਤਾਂ ਸੁਬਹਾ 4 ਵਜੇ ਉੱਠ ਕੇ ਦੁੱਧ ਰਿੜਕਦੀਆਂ ਹੁੰਦੀਆਂ ਸੀਗਾ। ਔਰ ਜੇਕਰ ਇਸ ਦੁੱਧ ਦੀ ਗੱਲ ਕੀਤੀ ਜਾਵੇ ਤਾਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਦੁੱਧ ਨੂੰ ਗਰਮ ਕਰਕੇ ਜਿਹੜਾ ਇਸ ਰਿੜਕਣੀ ਦੇ ਵਿੱਚ ਪਾ ਕੇ ਰੱਖਿਆ ਹੁੰਦਾ ਹੈ। ਕਹਿੰਦੇ ਆ ਕਿ ਜਾਗ ਬਿਨਾ ਬੁੱਲਿਆ ਦੁੱਧ ਨਾ ਜੰਮਦੇ, ਭਾਵੇਂ ਲਾਲ ਹੋ ਜੇ ਕੜ ਕੜਕੇ। ਸੋ ਇੱਕ ਦਿਨ ਪਹਿਲਾਂ ਸ਼ਾਮੀ ਇਸ ਨੂੰ ਜਾਗ ਲਾ ਕੇ ਰੱਖਿਆ ਜਾਂਦਾ ਔਰ ਸਵੇਰ ਤੱਕ ਇਸ ਵਿੱਚ ਦਹੀਂ ਜੰਮ ਜਾਂਦੀ ਹੈ। ਫਿਰ ਇਸ ਦੇ ਵਿੱਚ ਮਧਾਣੀ ਪਾ ਕੇ ਇਸ ਨੂੰ ਰਿੜਕਿਆ ਜਾਂਦਾ ਔਰ ਰਿੜਕਣ ਤੋਂ ਬਾਅਦ ਇਹਦੇ ਵਿੱਚ ਲੱਸੀ ਤੇ ਮੱਖਣੀ ਬਣਦੇ ਹੈਗੇ। ਲੱਸੀ ਜਿਹੜੀ ਆਪਾਂ ਪੀਨੇ ਆ ਤੇ ਮੱਖਣੀ ਜਿਹੜੀ ਆਪਾਂ ਪਰੌਂਠਿਆਂ ਨਾਲ ਖਾਂਦੇ ਆ। ਸੋ ਬਹੁਤ ਵਧੀਆ ਲੱਗਦੇ ਨੇ, ਜਿਹੜੇ ਕਾਫੀ ਟੇਸਟੀ ਹੁੰਦੇ ਹੈਗੇ ਆ। ਸੋ ਬਹੁਤ ਵਧੀਆ ਲੱਗ ਰਿਹਾ ਹੈਗਾ, ਦੁੱਧ ਰਿੜਕਣ ਚ ਬਹੁਤ ਜ਼ਿਆਦਾ ਨਜ਼ਾਰੇ ਆ ਰਹੇ ਆ।